ਹਰਬੰਸ ਸਿੰਘ ਜੀ ਹਰਬੰਸ ਜੀ, ਅੱਜ ਤੁਹਾਡੇ ਘਰੇ NIA ਹੈ, ਕੀ ਕਹਿਣਾ ਜੀ? ਇਹ ਜੀ ਆਪਣੇ ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਹੋ ਕੀ ਰਿਹਾ ਹੈਗਾ, ਉਸੇ ਰਿਲੇਟਡ ਜਿਵੇਂ ਪਹਿਲਾਂ ਪਿਛਲੇ ਮਾਰਚ ਤੋਂ ਲੈ ਕੇ ਜੋ ਚੱਲ ਰਿਹਾ ਉਹੀ ਉਹਦੇ ਰਿਲੇਟਡ ਹੀ ਮੇਰੇ ਕੋਲ ਆਏ ਸੀਗੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੁੱਦੇ ਨੂੰ ਲੈ ਕੇ। ਕੀ 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 ਮਸਲਾ ਅਸਲ ਕੀ ਸੀ ਜੀ ਤੁਹਾਡਾ? ਕੀ ਕੋਈ ਫੋਟੋ ਫੋਟੋ ਸ਼ੇਅਰ ਕਰਨ ਦੇ ਉੱਤੇ ਉਹ ਕੋਈ NIA ਦਾ ਛਾਪਾ ਹੋਇਆ ਜੀ? ਹਾਂਜੀ ਦੱਸਿਆ ਉਹਨਾਂ ਨੇ, ਵੈਸੇ ਕੁਛ ਨਹੀਂ, ਸਰਚ ਵਾਰੰਟ ਸੀਗਾ ਉਹਨਾਂ ਕੋਲ ਮੇਰੇ ਘਰ ਦਾ, ਸਰਚ ਕਰੀ ਆ ਉਹਨਾਂ ਨੇ, ਮੇਰਾ ਫੋਨ ਉਹ ਸੀਲ ਕਰਕੇ ਲੈ ਗਏ ਆ ਲੋਕ, ਉਹਨਾਂ ਨੇ ਮੈਨੂੰ ਬੁਲਾਇਆ ਉੱਥੇ 4 ਨੂੰ ਦਿੱਲੀ, ਉਦੋਂ ਬਾਅਦ ਕੁਛ ਨਹੀਂ ਦੱਸਿਆ। ਅਤੇ ਕੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ, ਕਿਸ ਤਰ੍ਹਾਂ ਦੇ ਸਵਾਲ ਜਵਾਬ ਜਾਂ ਕਿਸ ਤਰ੍ਹਾਂ ਦਾ ਰਵੱਈਆ ਲੱਗਦਾ ਸੀ NIA ਦੀ ਟੀਮ ਦਾ? NIA ਦੀ ਟੀਮ ਦਾ ਸਵਾਲ ਜਵਾਬ ਤਾਂ ਇਹੀ ਲੱਗਦਾ ਸੀ ਵੀ ਅੰਮ੍ਰਿਤਪਾਲ ਸਿੰਘ ਨਾਲ ਜੋੜ ਦੇ ਕੇਸ ਨਾਲ ਸੰਬੰਧਿਤ ਕੋਈ, ਉਹਦੇ ਨਾਲ ਹੀ ਜੋੜ ਕੇ ਸਵਾਲ ਜਵਾਬ ਕਰ ਰਹੇ ਸੀ ਸਾਰੇ ਬੰਦੇ। ਕੀ ਤੁਹਾਡੇ ਕੋਲੋਂ ਇਕੱਲੇ ਸਵਾਲ ਜਵਾਬ ਕੀਤੇ ਗਏ ਨੇ ਜਾਂ ਪਰਿਵਾਰ ਦੇ ਬਾਕੀ ਮੈਂਬਰਾਂ ਕੋਲੋਂ ਵੀ ਸਵਾਲ ਜਵਾਬ ਕੀਤੇ ਗਏ? ਪਰਿਵਾਰ ਦੇ ਬਾਕੀ ਮੈਂਬਰਾਂ ਕੋਲੋਂ ਨਹੀਂ ਕੀਤੇ ਗਏ। ਕਿਸ ਤਰ੍ਹਾਂ ਦੀ ਕੋਈ ਛਾਣਬੀਣ ਦੇ ਵਿੱਚ ਆਇਆ ਜਾਂ ਕੀ ਖੰਗਾਲਿਆ ਗਿਆ? ਕੋਈ ਵੀ ਸਾਰਾ ਘਰ 'ਚ ਜਿਹੜੇ ਮੇਰੇ ਕੋਈ ਡਾਕੂਮੈਂਟ ਪਏ ਸੀ ਜਾਂ ਮੇਰਾ ਫੋਨ ਜੀ, ਜੋ ਵੀ ਸਭ ਕੁਛ ਜੋ ਉਹਨਾਂ ਨੂੰ ਖੰਗਾਲਣਾ ਸੀ ਉਹਨਾਂ ਨੇ ਖੰਗਾਲਿਆ ਜੀ। ਤੁਹਾਨੂੰ ਇਸ ਰੇਡ ਦੇ ਦੌਰਾਨ ਬਾਹਰ ਵੀ ਕਿਤੇ ਲੈ ਕੇ ਜਾਇਆ ਗਿਆ? ਮੇਰੇ ਬਿਜ਼ਨਸ ਆਫਿਸ ਦੇ ਵਿੱਚ ਲੈ ਕੇ ਗਏ ਸੀ। ਅਤੇ ਕਿੰਨਾ ਤਕਰੀਬਨ ਕਿੰਨੇ ਤੋਂ ਕਿੰਨੇ ਵਜੇ ਤੱਕ ਇਹ ਰੇਡ ਚੱਲੀ ਹੈ? ਕਿਸ ਤੁਹਾਨੂੰ ਕਦੋਂ ਜਦੋਂ ਮਤਲਬ ਆ ਕੇ ਤੁਹਾਡੇ ਘਰ ਛਾਪੇਮਾਰੀ ਹੋਈ ਹੈ? ਛੇ ਤੋਂ ਛੇਕ ਪਲੱਸ ਛੇਕ ਸਵਾ ਦੇ ਆਸੇ ਆ ਗਏ ਸੀਗੇ ਜੀ, ਬਾਕੀ ਹੁਣ ਟਾਈਮ ਮੇਰੇ ਧਿਆਨ 'ਚ ਨਹੀਂ ਕਿੰਨਾ ਹੁਣ ਗਏ ਆ ਦੇਖੋ ਜੀ, ਤਕਰੀਬਨ 6 ਘੰਟਿਆਂ ਤੋਂ ਉੱਪਰ ਦੀ ਛਾਪੇਮਾਰੀ ਇਹ ਚੱਲੀ ਹੈ, 12 ਵੱਜ ਚੁੱਕੇ ਨੇ। ਹਾਂਜੀ ਹਾਂਜੀ ਹਾਂਜੀ। ਕੀ ਕਹਿਣਾ ਚਾਹੋਗੇ ਛਾਪੇਮਾਰੀ ਤੋਂ ਬਾਅਦ? ਛਾਪੇਮਾਰੀ ਤਾਂ ਇਹੀ ਹੈ ਜੀ, ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਜੋ ਪੰਜਾਬ ਲਈ ਦੇ ਕੋਈ ਵੀ ਕਿਤੇ ਵਿਚਰਦਾ ਹੈ ਨਾ ਉਹਦੇ ਨਾਲ ਸੰਬੰਧਿਤ, ਅਸੀਂ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜੁੜੇ ਹੋਏ ਹਾਂ ਪਹਿਲਾਂ ਦੇ, ਪੋਸਟਾਂ ਵੀ ਪਾਉਂਦੇ ਰਹਿੰਦੇ ਹਾਂ, ਚਲੋ ਕੌਮੀ ਮੁੱਦੇ 'ਤੇ ਵੀ ਲੜਾਈ ਲੜਦੇ ਰਹਿੰਦੇ ਹਾਂ, ਉਹਦੇ ਨਾਲ ਹੀ ਸੰਬੰਧਿਤ ਇਹ ਸਾਰੇ ਪੰਜਾਬ ਨੂੰ ਜੋ ਹੁੰਦਾ ਉਹ ਤੁਹਾਨੂੰ ਪਤਾ ਹੀ ਆ, ਉਹ ਉਸੇ ਨਾਲ ਸੰਬੰਧਿਤ ਮੇਰੇ 'ਤੇ ਇਹਨਾਂ ਨੇ ਕਰੀ ਹੈ। ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸੰਬੰਧਿਤ ਤੋਂ, ਹਾਂਜੀ, ਹਲਕਾ ਸੰਗਰੂਰ ਦੇ ਅੰਦਰ ਤੁਹਾਡਾ ਪਿੰਡ ਆਉਣਾ, ਤੁਹਾਡੀਆਂ ਸਰਗਰਮੀਆਂ ਵੀ ਰਹਿੰਦੀਆਂ ਨੇ, ਕੀ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨਾਲ ਤੁਹਾਡੀ ਇਸ ਸੰਬੰਧੀ ਕੋਈ ਗੱਲਬਾਤ ਹੋਈ ਹੋਵੇ ਜਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਜਾਣ? ਨਹੀਂ, ਮੈਨੂੰ ਕਿਸੇ ਨਾਲ ਕੋਈ ਕੰਟੈਕਟ ਨਹੀਂ ਕਰਨ ਦਿੱਤਾ ਉਹਨਾਂ ਨੇ। ਤੁਹਾਨੂੰ ਦਿੱਲੀ ਵਿਖੇ ਸੱਦਿਆ ਗਿਆ, ਮਤਲਬ ਪਰਿਵਾਰ ਦੇ ਮੈਂਬਰਾਂ ਨੂੰ ਸੱਦਿਆ ਗਿਆ, ਤੁਹਾਨੂੰ ਇਕੱਲੇ ਨੂੰ ਸੱਦਿਆ? ਨਹੀਂ, ਮੈਨੂੰ ਇਕੱਲੇ ਨੂੰ ਸੱਦਿਆ ਗਿਆ। ਅਤੇ ਬਾਹਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰ ਪੰਥਕ ਜਥੇ ਖੜ੍ਹੇ ਨੇ ਮੇਰੇ ਨਾਲ, ਪਿੰਡ ਵਾਲਿਆਂ ਦਾ ਵੀ, ਪੰਚਾਇਤ ਵੀ ਖੜ੍ਹੀ ਆ, ਮੇਰੇ ਹੋਰ ਵੀਰ ਭਰਾ ਸਾਰੇ ਪਾਰਟੀ ਵਾਲੇ ਵੀ, ਹੋਰ ਦੋਸਤ ਮਿੱਤਰ ਵੀ ਜੋ ਜਾਂ ਮੀਡੀਆ ਵੀ ਜੋ ਪਹੁੰਚਿਆ ਮੇਰੇ ਨਾਲ ਖੜ੍ਹਿਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ।